ਪਾਕਿਸਤਾਨ ਪੰਜਾਬੀ ਕੌਮ ਪ੍ਰਸਤਾ ਦੇ ਸਭ ਤੋਂ ਵੱਡੇ ਨੈਟਵਰਕ ਪੰਜਾਬੀ ਨੈਸ਼ਨਲਿਸਟ ਫੋਰਮ ਵੱਲੋਂ ਜੀ ਆਇਆਂ ਨੂੰ ਕੀ ਪੰਜਾਬ ਦੀ ਵਜ਼ੀਰ ਆਲਾ ਮਰੀਮ ਨਵਾਜ਼ ਪੰਜਾਬ ਨੂੰ ਤਬਾਹ ਤੇ ਪੰਜਾਬੀ ਕੌਮ ਨੂੰ ਬਰਬਾਦ ਕਰੇਗੀ ਕੀ ਪੰਜਾਬ ਦੀ ਵਜ਼ੀਰ ਆਲਾ ਮਰੀਮ ਨਵਾਜ਼ ਨੂੰ معلوم ਨਹੀਂ ਹੈ ਕਿ ਜਨੂਬੀ ਪੰਜਾਬ 'ਚ ਪੰਜਾਬੀ ਜ਼ੁਬਾਨ ਦੇ ਤਿੰਨ ਲੈਜੇ ਮਲਤਾਨੀ ਪੰਜਾਬੀ ਡੇਰਾਵਾਲੀ ਪੰਜਾਬੀ ਰਿਆਸਤੀ ਪੰਜਾਬੀ ਨੂੰ ਯਕਜਾ ਕਰਕੇ ਸਰਾਇਕੀ ਦੇ ਨਾਂ ਤੋਂ ਇੱਕ ਨਵੀਂ ਜ਼ੁਬਾਨ ਵਜੂਦ ਚ ਲਿਆਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਕੀ ਪੰਜਾਬ ਦੀ ਵਜ਼ੀਰ ਆਲਾ ਮਰੀਮ ਨਵਾਜ਼ ਨੂੰ मालूम ਨਹੀਂ ਹੈ ਕਿ ਇੱਕ ਹੀ ਜ਼ੁਬਾਨ ਦੇ ਲੈਜੈਂਡ ਨਈ ਜ਼ੁਬਾਨ ਕਿੱਦਾਂ ਹੋ ਸਕਦੇ ਨੇ ਕੀ ਪੰਜਾਬ ਦੀ ਵਜ਼ੀਰ ਆਲਾ ਮਰੀਮ ਨਵਾਜ਼ ਨੂੰ मालूम ਨਹੀਂ ਹੈ ਕਿ ਪੰਜਾਬ ਜਿਸਰਾਇਕੀ ਦੇ ਨਾਂ ਤੋਂ ਸਾਜ਼ਿਸ਼ 1962 ਚ ਜਿਹਨੂੰ ਵੀ ਪੰਜਾਬ ਦੇ ਬਲੋਚ ਪਠਾਨ ਅਰਬੀ ਨਸਲ ਆਬਾਦ ਕਾਰੀਆਂ ਦੇ ਜ਼ਰੀਏ ਸ਼ੁਰੂ ਕੀਤੀ ਗਈ ਸੀ ਕੀ ਪੰਜਾਬ ਦੀ ਵਜ਼ੀਰ ਆਲਾ ਮਰੀਮ ਨਵਾਜ਼ ਨੂੰ मालूम ਨਹੀਂ ਹੈ ਕਿ ਸਰਾਇਕੀ ਸਾਜ਼ਿਸ਼ ਨੂੰ ਹਿੰਦੁਸਤਾਨ ਦੇ ਯੂਪੀਸੀਪੀ ਦੇ ਇਲਾਕੇ ਦੇ ਉਰਦੂ ਬੋਲਣ ਵਾਲੇ ਪਨਾਹਗੀਰਾਂ ਦੇ ਜ਼ਰੀਏ ਉਰਦੂ ਮੀਡੀਆ ਤੇ مسلسل ਮੁਜਤਾਹਿਰ ਕੀਤਾ ਜਾਂਦਾ ਸੀ ਸਰਾਈਕੀ ਸਾਜ਼ਿਸ਼ ਕੀ ਯੂਪੀਸੀਪੀ ਦੇ ਉਰਦੂ ਮੋਰਨ ਵਾਲੇ ਪਨਾਹਗੀਰਾਂ ਦੀ ਸਿਆਸੀ ਜਮਾਤ ਦੀ ਆਰਚ ਦ دہشتਗਰ ਤਨਜ਼ੀਮ ਐਮਕਯੂਐਮ ਦੀ ਤਰਫੋਂ ਹੌਸਲਾ افزਾਈ ਦਿੱਤੀ ਜਾਂਦੀ ਸੀ ਸਰਾਈਕੀ ਸਾਜ਼ਿਸ਼ ਦੀ ਸਿੰਧੀ ਪਠਾਨ ਤੇ ਬਲੋਚ ਸਸਦਾਨਾਂ ਸਾਹਿਫੀਆਂ ਦਾਨਿਸ਼ਵਰਾਂ ਦੀ ਤਰਫੋਂ ਮੁਸਲਸਲ ਸਰਪ੍ਰਸਤੀ ਕੀਤੀ ਜਾਂਦੀ ਸੀ ਸਰਾਈਕੀ ਸਾਜ਼ਿਸ਼ ਸਨ ਚਾਇਮ ਸਿੰਧੀ ਸਿਆਸੀ ਜਮਾਤ ਪਾਕਿਸਤਾਨ ਪੀਪਲਜ਼ ਪਾਰਟੀ ਦੀ ਪੰਜਾਬ ਦੇ ਖਿਲਾਫ ਪ੍ਰਕਸੀ ਸਿਆਸਤ ਹੈ ਕੀ ਪੰਜਾਬ ਦੀ ਵਜ਼ੀਰੇ ਆਲਾ ਮਰੀਮ ਨਵਾਜ਼ ਨੂੰ ਮਾਲੂਮ ਹੈ ਸਰਾਈ ਕੀ ਸਾਜ਼ਿਸ਼ ਦਾ ਮਕਸਦ ਸਿੰਧੀ ਪਠਾਨ ਤੇ ਬਲੋ ਸਿਆਸਤਦਾਨਾਂ ਦੀ ਤਰਫੋਂ ਪੰਜਾਬ ਤੇ ਪੰਜਾਬੀ ਕੌਮ ਤੇ ਹਕੂਮਤ ਕਰਨ ਦੇ ਲਈ ਪੰਜਾਬੀ ਕੌਮ ਚ ਜ਼ੁਬਾਨ ਦੇ ਲੈਜਾਂ ਦਾ ਇੰਤਿਸ਼ਾਰ ਤੇ ਝਗੜਾ ਪੈਦਾ ਕਰਕੇ ਪੰਜਾਬ ਤੇ ਪੰਜਾਬੀ ਕੌਮ ਨੂੰ ਟੁਕੜਿਆਂ ਚ ਤਕਸੀਮ ਕਰਨਾ ਹੈ لہਜ਼ਾ ਪਾਕਿਸਤਾਨ ਪੀਪਲਜ਼ ਪਾਰਟੀ ਦੀ ਹਕੂਮਤ ਨੇ ਪਾਕਿਸਤਾਨ ਦੇ ਬਲੋਚ ਨਿਜ਼ਾਦ ਸਦਰ ਆਸਫ ਜ਼ਰਦਾਰੀ ਤੇ ਅਰਬੀ ਨਿਜ਼ਾਦ ਵਜ਼ੀਰ ਆਜ਼ਮ ਯੂਸਫ ਰਜ਼ਾ ਗਿਲਾਨੀ ਦੀ ਸਹੂਲਤਕਾਰੀ ਹਮਾਇਤ ਤੇ ਸਰਪ੍ਰਸਤੀ ਤੋਂ ਪੰਜਾਬ 'ਚ ਇੱਕ ਨਵਾਂ ਸੂਬਾ ਬਣਾਉਣ ਦੇ ਲਈ ਜਨਵਰੀ 2013 'ਚ ਪਾਕਿਸਤਾਨ ਦੀ ਕੌਮੀ ਅਸੈਂਬਲੀ 'ਚ ਬਹਾਵਲਪੁਰ ਜਨੂਬੀ ਪੰਜਾਬ ਸੂਬਾ ਬੀਐਸਪੀ ਬਣਾਉਣ ਦਾ ਬਿੱਲ ਪੇਸ਼ ਕੀਤਾ ਸੀ ਪੰਜਾਬ ਦੇ ਜਨੂਬੀ ਇਲਾਕਿਆਂ 'ਚ ਮਲਤਾਨੀ ਪੰਜਾਬੀ ਰਿਆਸਤੀ ਪੰਜਾਬੀ ਤੇ ਡੇਰਾ ਵਾਲੀ ਪੰਜਾਬੀ ਬੋਲਣ ਵਾਲਿਆਂ ਦੇ ਇਲਾਕਿਆਂ 'ਚ ਸਰਾਇਕੀ ਸਾਜਦੀ ਪੰਜਾਬੀਆਂ ਦੀ ਤਰਫੋਂ ਮੁਖਾਲਫਤ ਦੀ ਵਜ੍ਹਾ ਤੋਂ ਪੰਜਾਬ ਨੂੰ ਤਕਸੀਮ ਕਰਕੇ ਸੂਬਾ ਬਣਾਉਣ ਦੇ ਲਈ ਭਾਵਲਪੁਰ ਜਨੂਬੀ ਪੰਜਾਬ ਸੂਬਾ ਬੀਐਸਪੀ ਦਾ ਨਾਂ ਤੋਂ ਸੂਬਾ ਬਣਾਉਣ ਦੀ ਹਕੂਮਤ ਅਮਲੀ ਅਪਣਾਈ ਗਈ ਤਾਂ ਹਮ ਮੰਦਰਜਾ ਜ਼ੇਰ ਵਜੂਹਾਤ ਦੀ ਵਜ੍ਹਾ ਤੋਂ ਭਾਵਲਪੁਰ ਜਨੂਬੀ ਪੰਜਾਬ ਸੂਬਾ ਬੀਐਸਪੀ ਨਾ ਬਣਾਇਆ ਜਾ ਸਕਿਆ ਮੌਜੂਦਾ ਵਹਾਵਲਪੁਰ ਜਨੂਬੀ ਪੰਜਾਬ ਬੀ ਸੂਬਾ ਬੀਐਸਪੀ ਚ ਸ਼ਾਮਿਲ ਕੀਤੇ ਜਾਣ ਵਾਲੇ 13 ਚੋਂ 9 ਜ਼ਿਲ੍ਹਿਆਂ ਨੇ ਮੰਦਰਜਾ ਜ਼ੇਲ ਵਜੂਹਾਤ ਦੀ ਬਨਾਤੇ ਤਜਵੀਜ਼ ਦੂਮਸਤਰਦ ਕਰ ਦਿੱਤਾ ਸੀ ਪੰਜ ਜ਼ਿਲ੍ਹਾ ਚ ਪੰਜ ਜ਼ਿਲ੍ਹਾ ਚ ਪੰਜ ਜ਼ਿਲ੍ਹਾਾਂ 'ਚ ਪੰਜਾਬੀ ਆਬਾਦੀ ਦੀ اکثریت ਹੈ। ਭਾਵਲਨਗਰ, ਵਹਾੜੀ, ਖਾਨੇਵਾਲ, ਮੀਆਂਵਾਲੀ, ਭਾਕਰਚ ਉਹ ਆਪਣੀ شناخت ਜਨੂਬੀ ਪੰਜਾਬ ਦੇ ਹੋਜਾਇ ਵਸਤੀ ਪੰਜਾਬ ਚੋ ਕਰਦੇ ਨੇ। ਦੋ ਜ਼ਿਲ੍ਹਾਾਂ ਭਾਵਲਪੁਰ ਤੇ ਰਹੀਮਿਆ ਖਾਨ 'ਚ ਪੰਜਾਬੀ ਜ਼ੁਬਾਨਦਾਰ, ਰਿਆਸਤੀ ਲੱਜਾ ਬੋਲਣ ਵਾਲੇ ਪੰਜਾਬੀਆਂ ਦੀ اکثریت ਹੈ। ਇਹਨਾਂ ਦਾ ਮੰਤਲਬਾ ਇਹ ਹੈ ਕਿ ਸਾਬਕਾ ਰਿਆਸਤ ਭਾਵਲਪੁਰ ਤੇ ਮੁਸਤਮਿਲ ਅਲੱਗ ਸੂਬਾ ਬਣਾਇਆ ਜਾਵੇ। ਦੋ ਜ਼ਿਲ੍ਹਾ ਡੇਰਾ ਗਾਜ਼ੀ ਖਾਨ ਤੇ ਰਾਜਨਪੁਰ 'ਚ ਬਲੋਚ اکثریت 'ਚ ਨੇ ਜੋ ਆਪਣੀ شناخت ਬਲੋਚ شناختੋ ਕਰਦੇ ਨੇ। ਉਹ ਆਪਣਾ ਬਹੁ ਸੁਲਮਾਨ ਚਾਹੁੰਦੇ ਨੇ। ਬਾਕੀ ਚਾਰ ਅਜ਼ਲਾ ਮਲਤਾਨ ਲਿਆ ਲੋਧਰਾ ਮੁਜ਼ਫਰਗੜ ਦੀ ਤਕਰੀਬਨ 75% ਆਬਾਦੀ ਪੰਜਾਬੀ ਬੋਲਣ ਵਾਲਿਆਂ ਦੀ ਹੈ ਜਿਨ੍ਹਾਂ ਨੇ ਪੰਜਾਬੀ ਜ਼ੁਬਾਨ ਦੇ ਲਹਿਜਿਆਂ ਨੂੰ ਮਿਆਰ ਬਣਾ ਕੇ ਪਾਕ ਸੂਬਾ ਬਣਾਉਣ ਤੇ ਇਤਰਾਜ਼ ਕੀਤਾ مزید ਬਰਾਹ ਸਰਾਈਕਿਸਤਾਨ ਦੇ ਕੇ ਆਮ ਦੇ ਲਈ ਮੁਹਿੰਮ ਚਲਾਉਣ ਵਾਲੀ ਸاسي ਜਮਾਤਾਂ ਨੇ ਵੀ ਨਵੇਂ ਸੂਬੇ ਨੂੰ ਆਪਣੇ ਏਜੰਡੇਆਂ ਦੇ ਮੁਤਾਬਕਤ ਆਪਣੇ ਏਜੰਡੇਆਂ ਦੇ ਮੁਤਾਬਕਤ ਨਹੀਂ ਰੱਖਣ ਦੀ ਵਜ੍ਹਾ ਤੋਂ ਮੁਸਤੱਦ ਕਰ ਦਿੱਤਾ ਜਦ ਕਿ ਪੰਜਾਬ ਪਾਕਿਸਤਾਨ ਪੀਪਲਸ ਪਾਰਟੀ ਨੇ ਮੌਜੂਦਾ ਹਵਲਪੁਰ ਜਨੂਬੀ ਪੰਜਾਬ ਸੂਬਾ BSP ਨੂੰ ਅਸੀਂ ਚਾਲ ਕਰਾਰ ਦਿੰਦੇ ਹੋਏ ਕੌਮੀ ਅਸੈਂਬਲੀ ਚ ਬਿੱਲ ਵਾਪਸ ਲੈ ਲਿਆ